ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਆ ਸੁਮਨ ਪ੍ਰੀਤ ਕੌਰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰੰਟ ਅਫੇਅਰ ਦੇ ਨਾਲ ਰਿਲੇਟਿਡ ਕੁਝ ਇੰਪੋਰਟੈਂਟ ਐਮਸੀਕਿਊ ਦਾ ਪਾਰਟ 3 ਕਰਨ ਜਾ ਰਹੇ ਆ ਜਿਹੜਾ ਕਿ ਮਾਰਚ ਦੇ ਮੰਥ ਵਿੱਚੋਂ ਲਿਆ ਗਿਆ ਹੈ ਪਹਿਲੇ ਦੋ ਪਾਰਟ ਅਸੀਂ ਫਰਵਰੀ ਅਤੇ ਜਨਵਰੀ ਦੇ ਮੰਥ ਦੇ ਨਾਲ ਰਿਲੇਟਡ ਕੰਪਲੀਟ ਕਰ ਚੁੱਕੇ ਹਾਂ ਜਿਹੜੇ ਸਟੂਡੈਂਟਸ ਨੇ ਉਹ ਨਹੀਂ ਦੇਖੇ ਤਾਂ ਪਹਿਲਾਂ ਉਹਨਾਂ ਨੂੰ ਜ਼ਰੂਰ ਦੇਖਣ ਕਿਉਂਕਿ ਤੁਹਾਨੂੰ ਪਤਾ ਹੈ ਤੁਹਾਡੇ ਲਈ 1 ਸਾਲ ਦੀ ਕਰੰਟ ਅਫੇਅਰ ਬਹੁਤ ਇੰਪੋਰਟੈਂਟ ਆ ਤੇ ਅਸੀਂ ਜਨਵਰੀ ਤੋਂ ਸ਼ੁਰੂ ਕੀਤੀ ਹੈ ਤੁਹਾਡੀ ਰਿਵੀਜ਼ਨ ਕਰਾਉਣ ਦੇ ਲਈ ਜਨਵਰੀ ਤੇ ਫਰਵਰੀ ਦੇ ਅਸੀਂ ਕਰ ਚੁੱਕੇ ਹਾਂ ਤੇ ਅੱਜ ਅਸੀਂ ਮਾਰਚ ਦੀ ਕਰੰਟ ਅਫੇਅਰ ਕਰਨ ਜਾ ਰਹੇ ਹਾਂ ਹਾਂਜੀ ਜੇਕਰ ਤੁਸੀਂ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਤੁਸੀਂ ਕਿਸੇ ਵੀ ਗਵਰਨਮੈਂਟ ਐਗਜ਼ਾਮ ਦੇ ਨਾਲ ਰਿਲੇਟਡ ਕਿਸੇ ਵੀ ਸਟੇਟ ਦੇ ਵਿੱਚ ਗਵਰਨਮੈਂਟ ਐਗਜ਼ਾਮ ਦਾ ਸਿਲੇਬਸ ਉਠਾ ਕੇ ਦੇਖ ਸਕਦੇ ਹੋ ਕਰੰਟ ਅਫੇਅਰ ਹਮੇਸ਼ਾ ਹੀ ਨੈਸ਼ਨਲ ਐਂਡ ਇੰਟਰਨੈਸ਼ਨਲ ਲੈਵਲ ਦੀ ਪੁੱਛੀ ਜਾਂਦੀ ਆ ਜਾਨੀ ਕਿ ਭਾਰਤ ਅਤੇ ਭਾਰਤ ਦੇ ਗੁਆਂਢੀ ਦੇਸ਼ਾਂ ਦੇ ਵਿੱਚ ਚੱਲ ਰਹੇ ਮਸਲੇ ਤੇ ਕਰੰਟ ਅਫੇਅਰ ਤੁਹਾਡੇ ਲਈ ਸਟੂਡੈਂਟ ਪੁਆਇੰਟ ਆਫ View ਤੋਂ ਕਿੰਨੀ ਜ਼ਿਆਦਾ ਇੰਪੋਰਟੈਂਟ ਹੈ ਇਹ ਤੁਹਾਨੂੰ ਵੀ ਪਤਾ ਹੈ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਜੋ ਕਰੰਟ ਅਫੇਅਰ ਕਰਨ ਵਾਲੇ ਆ ਇਹ ਕਾਫੀ ਹੀ ਜ਼ਿਆਦਾ ਹੈਲਪਫੁਲ ਹੋਣ ਵਾਲੀ ਆ ਜਿਹੜੀ ਕਿ ਮਾਰਚ ਮੰਥ ਦੇ ਵਿੱਚੋਂ ਲਈ ਗਈ ਆ ਹਾਂਜੀ ਜੇਕਰ ਤੁਸੀਂ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਕਰੰਟ ਅਫੇਅਰ ਪੇਪਰ ਦੇ ਵੈਸੇ ਲੈਵਲ ਦੇ ਅਕੋਰਡਿੰਗ ਜਿਵੇਂ ਕਿ ਪੇਪਰ ਕਿੰਨੇ ਨੰਬਰ ਦਾ ਏ ਕਿਸੇ ਪੇਪਰ ਦੇ ਵਿੱਚ ਤਾਂ 10 ਤੋਂ 15 ਨੰਬਰ ਦੀ ਕਿਸੇ ਪੇਪਰ ਦੇ ਵਿੱਚ 15 ਤੋਂ 20 ਨੰਬਰ ਕਿਸੇ 'ਚ 20 ਤੋਂ 25 ਨੰਬਰ ਦੀ ਕਰੰਟ ਅਫੇਅਰ ਦੇਖੀ ਗਈ ਆ ਤੇ ਕਰੰਟ ਅਫੇਅਰ ਬਹੁਤ ਇੰਪੋਰਟੈਂਟ ਆ ਤੁਹਾਡੇ ਲਈ ਇਸ ਕਰਕੇ ਅੱਜ ਦੀ ਇਹ ਵੀਡੀਓ ਨੂੰ ਪੂਰੇ ਧਿਆਨ ਨਾਲ ਕਵਰ ਕਰਨਾ ਤੇ ਹਰ ਇੱਕ ਕੁਐਸਚਨ ਨੂੰ ਅਟੈਂਪਟ ਕਰਨ ਦੇ ਲਈ ਤੁਹਾਨੂੰ ਸੋਚਣ ਦੇ ਲਈ ਕਿਉਂਕਿ ਜਿਹੜੇ ਸਟੂਡੈਂਟਸ ਡੇਲੀ ਮੇਰੇ ਨਾਲ ਕਰੰਟ ਅਫੇਅਰ ਨੂੰ 15 ਮਿੰਟ ਦਿੰਦੇ ਆ ਉਹਨਾਂ ਨੂੰ ਖੁਦ ਪਤਾ ਕਿ ਉਹਨਾਂ ਦੀ ਨੌਲੇਜ ਦੇ ਵਿੱਚ ਕੀ ਇਨਕਰੀਮੈਂਟ ਹੋਇਆ ਤਾਂ ਉਹਨਾਂ ਨੂੰ ਸੋਚਣ ਦੇ ਲਈ ਮੈਂ ਤੁਹਾਨੂੰ ਆਪਣਾ ਤੁਹਾਡਾ ਆਂਸਰ ਸੋਚਣ ਦੇ ਲਈ 3 ਸੈਕਿੰਡ ਦਵਾਂਗੀ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਂਜੀ ਪ੍ਰਸ਼ਨ ਨੰਬਰ 1 ਯੂਕਰੇਨ ਤੋਂ ਭਾਰਤੀਆਂ ਨੂੰ ਕੱਢਣ ਲਈ ਕਿਹੜਾ ਆਪਰੇਸ਼ਨ ਸ਼ੁਰੂ ਕੀਤਾ ਗਿਆ ਸੀ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਯੂਕਰੇਨ ਤੇ ਰਸ਼ੀਆ ਦੇ ਵਿੱਚ ਕੁਝ ਵਿਵਾਦ ਦੀ ਵਜ੍ਹਾ ਕਰਕੇ ਜਿਹੜਾ ਚੱਲਿਆ ਸੀ ਵਿਵਾਦ ਉਸ ਦੇ ਕਰਕੇ ਯੂਕਰੇਨ ਤੋਂ ਭਾਰਤੀਆਂ ਨੂੰ ਕੱਢਣ ਦੇ ਲਈ ਇੱਕ ਆਪਰੇਸ਼ਨ ਸ਼ੁਰੂ ਕੀਤਾ ਗਿਆ ਸੀ ਉਸ ਦਾ ਨਾਮ ਕੀ ਆ ਹਾਂਜੀ ਆਪਰੇਸ਼ਨ ਗੰਗਾ ਸ਼ੁਰੂ ਕੀਤਾ ਗਿਆ ਸੀ ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਆਪਰੇਸ਼ਨ ਗੰਗਾ ਦੇ ਤਹਿਤ ਰੂਮਾਨੀਆ ਤੋਂ ਉਡਾਨ ਭਰ ਕੇ ਪਹਿਲੀ ਫਲਾਈਟ 26 ਫਰਵਰੀ ਨੂੰ ਦਿੱਲੀ ਪਹੁੰਚੀ ਸੀ ਠੀਕ ਹੈ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਇੰਪੋਰਟੈਂਟ ਹੈ ਅਗਲਾ ਪ੍ਰਸ਼ਨ ਸੀ ਕਰਦੇ ਹਾਂ ਜੀ ਜੀ ਰਾਸ਼ਟਰੀ ਪੋਲੀਓ ਟੀਕਾਕਰਨ ਮੁਹਿੰਮ 2022 ਕਿਸ ਨੇ ਸ਼ੁਰੂ ਕੀਤੀ ਹਾਂਜੀ ਰਾਸ਼ਟਰੀ ਪੋਲੀਓ ਟੀਕਾਕਰਨ ਮੁਹਿੰਮ 2022 ਸ਼ੁਰੂ ਕੀਤੀ ਡਾਕਟਰ ਮਨਸੁਖ ਮੁੰਡਾਵੀਆ ਨੇ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਹੈ ਜੀ ਕਿਸ ਰਾਜ ਸਰਕਾਰ ਨੇ ਹਾਲ ਹੀ ਵਿੱਚ ਅੰਮਾ ਅਤੇ ਵਹਿਣੀ ਯੋਜਨਾ ਸ਼ੁਰੂ ਕੀਤੀ ਹਾਂਜੀ ਅੰਮਾ ਅਤੇ ਵਹਿਣੀ ਯੋਜਨਾ ਸ਼ੁਰੂ ਕੀਤੀ ਕਿਹੜੀ ਰਾਜ ਸਰਕਾਰ ਨੇ ਕੀਤੀ ਹੈ ਸਿੱਕਮ ਦੇ ਗਵਰਨਰ ਨੇ ਕੀਤੀ ਹੈ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਸਿੱਕਮ ਦੇ ਗਵਰਨਰ ਗੰਗਾ ਪ੍ਰਸ਼ਾਦ ਨੇ ਅੰਮਾ ਅਤੇ ਵਹਿਣੀ ਯੋਜਨਾ ਸ਼ੁਰੂ ਕੀਤੀ ਹੁਣ ਸਿੱਕਮ ਦੇ ਗਵਰਨਰ ਨੇ ਕੀਤੀ ਤਾਂ ਸਿੱਕਮ ਦੀ ਕੈਪੀਟਲ ਕੀ ਹੈ ਗੰਗਟੋਕ ਇੱਥੋਂ ਦੇ ਚੀਫ ਮਿਨਿਸਟਰ ਪ੍ਰੇਮ ਸਿੰਘ ਤਮਾਮ ਤੇ ਇੱਥੋਂ ਦੇ ਗਵਰਨਰ ਆ ਗੰਗਾ ਪ੍ਰਸ਼ਾਦ ਅਗਲਾ ਪ੍ਰਸ਼ਨ ਹੈ ਜੀ हाल ही ਵਿੱਚ ਸਰਕਾਰ ਦੁਆਰਾ ਰਾਸ਼ਟਰੀ ਵਿੱਤੀ ਅਥਾਰਟੀ ਦੇ ਚੇਅਰਮੈਨ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹਾਂਜੀ ਸਰਕਾਰ ਦੁਆਰਾ ਰਾਸ਼ਟਰੀ ਵਿੱਤੀ ਅਥਾਰਟੀ ਦੇ ਚੇਅਰਮੈਨ ਵਜੋਂ ਕਿਸ ਨੂੰ ਅਪਾਇੰਟ ਕੀਤਾ ਗਿਆ ਅਜੇ ਭੂਸ਼ਣ ਪਾਂਡੇ ਨੂੰ ਆਪਸ਼ਨ ਨੰਬਰ ਬੀ ਇਜ਼ ザ ਰਾਈਟ ਆਨਸਰ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਹਾਲ ਹੀ ਵਿੱਚ ਕਿਸ ਦੁਆਰਾ ਅਨੁਵਾਦ ਕੀਤਾ ਗਿਆ ਹਿੰਦੀ ਨਾਵਲ ਰੇਤ ਦੀ ਕਵਰ ਨੂੰ ਅੰਤਰਰਾਸ਼ਟਰੀ ਬੁੱਕਰ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹਾਂਜੀ ਅੰਤਰਰਾਸ਼ਟਰੀ ਬੁਕਰ ਪੁਰਸਕਾਰ ਦੇ ਲਈ ਨਾਮਜ਼ਦ ਕੀਤਾ ਗਿਆ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਇਹਨਾਂ ਦਾ ਇੱਕ ਹਿੰਦੀ ਨਾਵਲ ਆ ਰੇਤ ਦੀ ਕਵਰ ਇਸ ਨੂੰ ਅੰਤਰਰਾਸ਼ਟਰੀ ਬੁਕਰ ਪੁਰਸਕਾਰ ਦੇ ਲਈ ਨਾਮਜ਼ਦ ਕੀਤਾ ਗਿਆ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਟੈਸਟ ਕ੍ਰਿਕਟ ਵਿੱਚ ਕਪਿਲ ਦੇਵਦਿਆ ਰਿਕਾਰਡ ਤੋੜ ਕੇ 28 ਗੇਂਦਾਂ ਵਿੱਚ ਅਰਧ ਸੈਂਕੜਾ ਬਣਾਉਣ ਵਾਲਾ ਪਹਿਲਾ ਭਾਰਤੀ ਕੌਣ ਬਣਿਆ ਹਾਂਜੀ ਟੈਸਟ ਕ੍ਰਿਕਟ ਦੇ ਵਿੱਚ ਕਪਿਲ ਦੇਵਦਿਆ ਰਿਕਾਰਡ ਤੋੜ ਕੇ 28 ਗੇਂਦਾਂ ਦੇ ਵਿੱਚ ਅਰਧ ਸੈਂਕੜਾ ਬਣਾਉਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ ਆ ਕੌਣ ਬਣਿਆ ਰਿਸ਼ਵ ਪੰਤ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ 82 ਦੇ ਵਿੱਚ 30 ਗੇਮਸ ਦੇ ਵਿੱਚ 50 ਰਨ ਬਣਾਏ ਸੀ 30 ਗੇਮਸ ਦੇ ਵਿੱਚ ਠੀਕ ਹੈ ਤੇ ਰਿਕਾਰਡ ਤੋੜਿਆ ਸੀਗਾ ਹੁਣ ਰਿਸ਼ਵ ਪੰਤ ਨੇ 28 ਗੇਮਾਂ ਦੇ ਵਿੱਚ 50 ਰਨ ਬਣਾ ਕੇ ਉਹਨਾਂ ਨੇ 30 'ਚ ਬਣਾਏ ਇਹਨਾਂ ਨੇ 28 'ਚ ਬਣਾਏ ਆ ਤੇ ਰਿਸ਼ਪੰਤ ਨੇ ਸ਼੍ਰੀਲੰਕਾ ਦੇ ਖਿਲਾਫ ਇੱਕ ਡੀ-ਨੈਟ ਮੈਚ ਦੇ ਵਿੱਚ ਇਹ ਰਿਕਾਰਡ ਤੋੜਿਆ ਵਾ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਜਰਮਨ ਓਪਨ 2022 ਵਿੱਚ ਲਖਸ਼ ਸੈਨ ਨੇ ਕਿਹੜਾ ਮੈਡਲ ਜਿੱਤਿਆ ਹਾਂਜੀ ਜਰਮਨ ਓਪਨ 2022 ਦੇ ਵਿੱਚ ਲਖਸ਼ ਸੈਨ ਨੇ ਕਿਹੜਾ ਮੈਡਲ ਜਿੱਤਿਆ ਸਿਲਵਰ ਮੈਡਲ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਆ ਜੀ ਭਗਵੰਤ ਮਾਨ ਨੇ ਪੰਜਾਬ ਦੇ ਕਿਸ ਨੰਬਰ ਦੇ ਮੁੱਖ ਮੰਤਰੀ ਵਜੋਂ ਸੌ ਚੁੱਕੀ ਸੀ ਹਾਂਜੀ ਭਗਵੰਤ ਮਾਨ ਪੰਜਾਬ ਦੇ ਕਿੰਨੇਵੇਂ ਨੰਬਰ ਦੇ ਮੁੱਖ ਮੰਤਰੀ ਬਣੇ 18ਵੇਂ অপਸ਼ਨ ਨੰਬਰ ਸੀ ਇਜ਼ ਅ ਰਾਈਟ ਆਨਸਰ 18ਵੇਂ ਚੀਫ ਮਿਨਿਸਟਰ ਦੇ ਰੂਪ ਵਿੱਚ ਸੌਹ ਚੁੱਕੀ ਸੀ ਭਗਵੰਤ ਮਾਨ ਨੇ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਹਾਂਜੀ ਯੋਗ ਮਹਾਉਤਸਵ 2022 ਦਾ ਉਦਘਾਟਨ ਕਿਸ ਨੇ ਕੀਤਾ ਯੋਗ ਮਹਾਉਤਸਵ 2022 ਦਾ ਉਦਘਾਟਨ ਕੀਤਾ ਸਰਬਾਨੰਦ ਸੋਨੋਵਾਲ ਨੇ অপশন নাম্বার সি ইজ দা রাইট आंसर এ ਸਾਡੇ ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਤੇ ਇਨਾਂ ਨੇ ਹੀ ਇੰਟਰਨੈਸ਼ਨਲ ਯੋਗਦੇਵ ਸਤੇਸ ਦਾ ਉਦਘਾਟਨ ਕੀਤਾ ਤੇ ਇਸ ਦੀ ਥੀਮ ਕੀ ਰੱਖੀ ਗਈ 100 ਦਿਨ 100 ਸਹਿਰ 100 ਸੰਗਠਨ ਠੀਕ ਹੈ ਅਗਲਾ ਪ੍ਰਸ਼ਨ ਕਰਦੇ ਹਾਂ ਜੇ ਅਸੀਂ ਬਾਫਟਾ ਅਵਾਰਡਸ 2022 ਚ ਮੋਹਰੀ ਅਦਾਕਾਰ ਦਾ ਪੁਰਸਕਾਰ ਦਾ ਜਿੱਤਿਆ ਹਾਂਜੀ ਬਾਫਟਾ ਅਵਾਰਡ 2022 ਦੇ ਵਿੱਚ ਮੋਹਰੀ ਅਦਾਕਾਰ ਦਾ ਪੁਰਸਕਾਰ ਜਿੱਤਿਆ ਇਨਾਂ ਨੇ ਜਿੱਤਿਆ ਕਾਇ ਜਿੱਤਿਆ ਸੀ ਬਿਲ ਸਮੀਤ ਨੇ অপਸ਼ਨ ਨੰਬਰ ਬੀ ਇਜ਼ ਅ ਰਾਈਟ ਆਂਸਰ ਬਿਲ ਸਮੀਤ ਨੇ ਜਿੱਤਿਆ ਠੀਕ ਹੈ ਹਾਲੀਵੁੱਡ ਦੇ ਐਕਟਰ ਆ ਬਿਲ ਸਮੀਤ ਤੇ ਇਹਨਾਂ ਨੇ ਹੀ ਵਾਫਟਾ ਦੇ ਵਿੱਚ 2022 ਦਾ ਪੁਰਸਕਾਰ ਜਿੱਤਿਆ ਵਾਫਟਾ ਵਾਫਟਾ ਦੀ ਫੁੱਲ ਫਾਰਮ ਕੀ ਆ ਬ੍ਰਿਟਿਸ਼ ਅਕੈਡਮੀ ਆਫ ਫਿਲਮ ਐਂਡ ਟੈਲੀਵਿਜ਼ਨ ਅਵਾਰਡ ਠੀਕ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਰਾਸ਼ਟਰੀ ਟੀਕਾਕਰਨ ਦਿਵਸ ਕਦੋਂ ਮਨਾਇਆ ਗਿਆ ਹੈ ਹਾਂਜੀ ਰਾਸ਼ਟਰੀ ਟੀਕਾਕਰਨ ਦਿਵਸ ਕਦੋਂ ਮਨਾਇਆ ਗਿਆ ਵੈਰੀ ਵੈਰੀ ਇੰਪੋਰਟੈਂਟ ਰਾਸ਼ਟਰੀ ਟੀਕਾਕਰਨ ਦਿਵਸ 16 ਮਾਰਚ ਨੂੰ ਮਨਾਇਆ ਜਾਂਦਾ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਟੀਕਾਕਰਨ ਦੇ ਮਹੱਤਵ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਹਰ ਸਾਲ 16 ਮਾਰਚ ਨੂੰ ਰਾਸ਼ਟਰੀ ਟੀਕਾਕਰਨ ਦਿਵਸ ਮਨਾਇਆ ਜਾਂਦਾ ਹੈ ਮਨਾਇਆ ਕਿਉਂ ਜਾਂਦਾ ਕਿਉਂਕਿ 16 ਮਾਰਚ 1995 ਨੂੰ ਪੋਲੀਓ ਦੀ ਫਰਸਟ ਡੋਜ਼ ਪਿਲਾਈ ਗਈ ਸੀ ਤੇ ਇਸ ਦੇ ਲਈ ਹੀ ਰਾਸ਼ਟਰੀ ਟਿਕਾ ਕਰਨ ਦਿਵਸ 16 ਮਾਰਚ ਮਾਰਚ ਨੂੰ ਮਨਾਇਆ ਜਾਣ ਲੱਗਾ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ। ਕਿਸ ਨੇ ਸਕੂਲੀ ਬੱਚਿਆਂ ਲਈ ਯੁਵਾ ਵਿਗਿਆਨ ਪ੍ਰੋਗਰਾਮ ਯੁਵਿਕਾ ਆਯੋਜਿਤ ਕੀਤਾ? ਹਾਂਜੀ ਯੁਵਾ ਵਿਗਿਆਨੀ ਪ੍ਰੋਗਰਾਮ ਯੁਵਿਕਾ ਸਕੂਲੀ ਬੱਚਿਆਂ ਦੇ ਲਈ ਆਯੋਜਿਤ ਕੀਤਾ ਗਿਆ ਸੀ ਤੇ ਇਹ ਆਯੋਜਿਤ ਕੀਤਾ ਇਸਰੋ ਨੇ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ। ਇਹ ਸਕੂਲੀ ਬੱਚਿਆਂ ਦੇ ਵਿੱਚ ਵਿਗਿਆਨ ਦੇ ਪ੍ਰਤੀ ਰੁਚੀ ਪੈਦਾ ਕਰਨ ਦੇ ਲਈ ਸ਼ੁਰੂ ਕੀਤਾ ਗਿਆ। 19 ਨੂੰ ਇਸਰੋ ਨੇ ਸ਼ੁਰੂ ਕੀਤਾ 23ਰੋ ਦੀ ਫੁੱਲ ਫਾਰਮ ਕੀ ਹੈ Indian Space Research Organisation ਇਸ ਦੀ ਸਥਾਪਨਾ ਹੋਈ ਸੀ 1969 ਦੇ ਵਿੱਚ ਇਸ ਦਾ ਹੈੱਡਕੁਆਰਟਰ ਬੰਗਲੌਰ ਦੇ ਵਿੱਚ ਐਟ ਪ੍ਰੈਜ਼ੈਂਟ ਇਸ ਦੇ ਚੇਅਰਮੈਨ ਕੌਨਿ ਸੋਮਨਾਥ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਦੇਸ਼ ਦਾ ਪਹਿਲਾ ASI ਅਤੇ ਰੋਬੋਟਿਕਸ ਟੈਕਨੋਲੋਜੀ ਪਾਰਕ ਕਿੱਥੇ ਲਾਂਚ ਕੀਤਾ ਗਿਆ ਹਾਂਜੀ ਦੇਸ਼ ਦਾ ਪਹਿਲਾ ਸੌਰੀ ਮੈਂ ਇਹਸ਼ੀ ਆਈ ਬੋਲਤਾ ਇੱਥੇ ਹੈਗਾ ਦੇਸ਼ ਦਾ ਪਹਿਲਾ ਆਰਟੀਫੀਸ਼ੀਅਲ ਇੰਟੈਲੀਜੈਂਸ ਏ ਆਈ ਠੀਕ ਹੈ ਦੇਸ਼ ਦਾ ਪਹਿਲਾ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਰੋਬੋਟਿਕਸ ਟੈਕਨੋਲੋਜੀ ਪਾਰਕ ਬੰਗਲੌਰ ਦੇ ਵਿੱਚ ਲਾਂਚ ਕੀਤਾ ਗਿਆ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਭਾਰਤ ਦਾ ਪਹਿਲਾ ਵਿਸ਼ਵ ਸ਼ਾਂਤੀ ਕੇਂਦਰ ਕਿੱਥੇ ਸਥਾਪਿਤ ਹੋਵੇਗਾ ਹਾਂਜੀ ਭਾਰਤ ਦਾ ਪਹਿਲਾ ਵਿਸ਼ਵ ਸ਼ਾਂਤੀ ਕੇਂਦਰ ਕਿੱਥੇ ਸਥਾਪਿਤ ਹੋਵੇਗਾ ਗੁਰੂਗ੍ਰਾਮ ਦੇ ਵਿੱਚ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਅਜੀ ਵਾਫਟਾ ਅਵਾਰਡ 2022 ਵਿੱਚ ਸਰਵੋਤਮ ਫਿਲਮ ਦਾ ਪੁਰਸਕਾਰ ਕਿਸ ਨੂੰ ਦਿੱਤਾ ਗਿਆ ਹਾਂਜੀ ਪਹਿਲਾਂ ਅਸੀਂ ਗੱਲ ਕੀਤੀ ਸੀ ਐਕਟਰ ਦੀ ਤੇ ਹੁਣ ਅਸੀਂ ਗੱਲ ਕਰ ਰਹੇ ਹਾਂ ਫਿਲਮ ਦੀ ਠੀਕ ਹੈ ਇਸ ਗੱਲ ਦਾ ਧਿਆਨ ਰੱਖਣਾ ਤੇ ਵਾਫਟਾ ਅਵਾਰਡ 2022 ਦੇ ਵਿੱਚ ਸਰਵੋਤਮ ਫਿਲਮ ਦਾ ਪੁਰਸਕਾਰ ਮਿਲਿਆ ਵਾ ਦਾ ਪਾਵਰ ਆਫ ਦਾ ਡੌਗ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਇਸ ਫਿਲਮ ਨੂੰ ਸਰਵੋਤਮ ਫਿਲਮ ਦਾ ਵਾਰਡ ਮਿਲਿਆ ਵਾਫਟਾ ਅਵਾਰਡ ਦੇ ਵਿੱਚ ਸਰਵੋੱਚ ਐਕਟਰ ਦਾ ਕਿਸ ਨੂੰ ਮਿਲਿਆ ਸੀ ਬਿਲ ਸਮਿਥ ਨੂੰ ਮਿਲਿਆ ਸੀ ਠੀਕ ਹੈ ਤੇ ਵਾਫਟਾ ਦੀ ਫੁੱਲ ਫਾਰਮ ਕੀ ਹੈ ਇਹ ਹੁਣ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖੋਗੇ ਕਿਉਂਕਿ ਆਪਾਂ ਰੀਸੈਂਟਲੀ ਕਰਕੇ ਹਟੇ ਹਾਂ ਅਗਲਾ ਪ੍ਰਸ਼ਨ ਅਜੀ 14ਵਾਂ ਭਾਰਤ ਜਾਪਾਨ ਸੰਮੇਲਨ ਕਿੱਥੇ ਆਯੋਜਿਤ ਕੀਤਾ ਗਿਆ ਹਾਂਜੀ 14ਵਾਂ ਭਾਰਤ ਜਪਾਨ ਸੰਮੇਲਨ ਕਿੱਥੇ ਆਯੋਜਿਤ ਕੀਤਾ ਗਿਆ ਜਿੱਦ ਕੀਤਾ ਗਿਆ ਠੀਕ ਹੈ 14ਵਾਂ ਭਾਰਤ-ਜਪਾਨ ਸੰਮੇਲਨ ਨਵੀਂ ਦਿੱਲੀ ਦੇ ਵਿੱਚ ਆਯੋਜਿਤ ਕੀਤਾ ਗਿਆ ਬਹੁਤ ਸਾਰੇ ਸਟੂਡੈਂਟ ਇਥੇ ਜਾਪਾਨ ਦੇ ਕਿ ਜਾਪਾਨ ਦੀ ਕੈਪੀਟਲ ਟੋਕੀਓ ਲਿਖੋਣਗੇ ਪਰ ਇਸ ਗੱਲ ਨੂੰ ਧਿਆਨ ਰੱਖਣਾ ਕਿ 14ਵਾਂ ਭਾਰਤ ਸੰਮੇਲਨ ਨਵੀਂ ਦਿੱਲੀ ਦੇ ਵਿੱਚ ਆਯੋਜਿਤ ਕੀਤਾ ਗਿਆ ਠੀਕ ਹੈ ਬਾਈ ਮਿਸਟੇਕ ਇਥੇ ਦਿੱਲੀ ਟਾਈਪ ਨਹੀਂ ਹੋਇਆ ਪਰ ਨਵੀਂ ਦਿੱਲੀ ਦੇ ਵਿੱਚ ਕੀਤਾ ਗਿਆ ਠੀਕ ਹੈ ਜੀ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦਾ 25ਵਾਂ ਐਡੀਸ਼ਨ ਕਿੱਥੇ ਸ਼ੁਰੂ ਹੋਇਆ? ਹਾਂਜੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦਾ 25ਵਾਂ ਐਡੀਸ਼ਨ ਕਿੱਥੇ ਸ਼ੁਰੂ ਹੋਇਆ? ਕੇਰਲ ਦੀ ਕੈਪੀਟਲ ਤ੍ਰਿਵੰਤਮਪੁਰਮ ਦੇ ਵਿੱਚ। ਆਪਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ। ਕੇਸ ਮੰਤਰਾਲੇ ਨੇ ਦੇਸ਼ ਦੀਆਂ 13 ਵੱਡੀਆਂ ਨਦੀਆਂ ਦੇ ਪੁਨਰਜੀਵਨ ਲਈ ਇੱਕ ਪ੍ਰੋਜੈਕਟ ਦਾ ਐਲਾਨ ਕੀਤਾ। ਹਾਂਜੀ ਦੇਸ਼ ਦੀਆਂ 13 ਵੱਡੀਆਂ ਨਦੀਆਂ ਦੇ ਲਈ ਪੁਨਰਜੀਵਨ ਦੇ ਲਈ ਇੱਕ ਪ੍ਰੋਜੈਕਟ ਦਾ ਐਲਾਨ ਕੀਤਾ ਕਿਹੜੇ ਮੰਤਰਾਲੇ ਨੇ ਕੀਤਾ ਮਿਨਿਸਟਰੀ ਆਫ এনवायरमेंट ਫੋਰੈਸਟ ਐਂਡ ਕਲਾਈਮੇਟ ਚੇਂਜ ਮੰਤਰਾਲੇ ਨੇ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਤੇ ਇਸ ਮੰਤਰਾਲੇ ਦੇ ਮੰਤਰੀ ਕੌਣ ਨੇ ਭੁਪਿੰਦਰ ਜਾਦਵ ਇਹ ਤੁਸੀਂ ਧਿਆਨ ਚ ਰੱਖਣਾ ਅਗਲਾ ਪ੍ਰਸ਼ਨ ਹੈ ਜੀ 16ਵੀਂ ਅੰਤਰਰਾਸ਼ਟਰੀ ਭੂ ਵਿਗਿਆਨ ਕਾਂਗਰਸ ਕਾਨਫਰੰਸ ਕਿੱਥੇ ਹੋਵੇਗੀ ਹਾਂਜੀ 16ਵੀਂ ਅੰਤਰਰਾਸ਼ਟਰੀ ਭੂ ਵਿਗਿਆਨ ਕੌਂਗਰਸ ਕਾਨਫਰੰਸ ਕਿੱਥੇ ਹੋਵੇਗੀ ਨਵੀਂ ਦਿੱਲੀ ਦੇ ਵਿੱਚ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਕਿਸ ਫਿਲਮ ਨਿਰਮਾਤਾ ਨੂੰ ਰਾਇਲ ਨਾਈਟਹੁੱਡ ਦੇ ਵਿੱਚ ਸਨਮਾਨਿਤ ਕੀਤਾ ਗਿਆ ਹਾਂਜੀ ਕਿਹੜੇ ਫਿਲਮ ਨਿਰਮਾਤਾ ਵਾ ਜਿਨ੍ਹਾਂ ਨੂੰ ਰਾਇਲ ਨਾਈਟਹੁੱਡ ਦੇ ਨਾਲ ਸਨਮਾਨਿਤ ਕੀਤਾ ਗਿਆ ਵਾ ਸਟੀਵ ਮੈਕਮਿਨ ਨੂੰ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਆਸਕਰ ਵੀ ਜੇਤਾਵਾ ਇਹ ਫਿਲਮ ਇਹ ਵਰਿਟੀਸ ਫਿਲਮ ਨਿਰਮਾਤਾ ਵਾ ਠੀਕ ਹੈ ਸਟੀਵ ਤੇ ਇਹਨਾਂ ਬਾਰੇ ਤੁਸੀਂ ਯਾਦ ਰੱਖਣਾ ਕਿ ਇਹਨਾਂ ਨੂੰ ਰਾਇਲ ਨਾਈਟ ਹੋਡ ਦੇ ਨਾਲ ਸਨਮਾਨਿਤ ਕੀਤਾ ਗਿਆ ਅਗਲਾ ਪ੍ਰਸ਼ਨ ਹੈ ਜੀ ਕਿ ਇਸ ਦੇਸ਼ ਦੇ ਵਿੱਚ ਇੰਟਰਾ ਸੌਰੀ ਕਿਸ ਦੇਸ਼ ਦੇ ਵਿੱਚ ਇੰਸਟਾਗ੍ਰਾਮ ਦੀ ਵਜਾਏ ਰੋਸਗ੍ਰਾਮ ਲਾਂਚ ਕੀਤਾ ਗਿਆ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਰਸ਼ੀਆ ਤੇ ਯੂਕਰੇਨ ਦੇ ਵਿੱਚ ਜੋ ਵਿਵਾਦ ਹੋਇਆ ਸੀਗਾ ਉਸੇ ਕਰਕੇ ਅਸੀਂ ਪਹਿਲਾ ਪ੍ਰਸ਼ਨ ਵੀ ਕੀਤਾ ਵਾ ਇਸ ਕ੍ਰਾਂਟ ਅਫੇਅਰ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਜੋ ਪਹਿਲਾਂ ਹੀ ਕੀਤਾ ਯੂਕਰੇਨ ਤੋਂ ਭਾਰਤੀਆਂ ਨੂੰ ਕੱਢਣ ਵਾਲਾ ਠੀਕ ਹੈ ਉਹ ਕਾਦੇ ਇਹਦੇ ਕਰਕੇ ਕੱਢੇ ਜਾ ਰਹੇ ਸੀਗੇ ਰਸ਼ੀਆ ਤੇ ਯੂਕਰੇਨ ਦੇ ਵਿਵਾਦ ਕਰਕੇ ਤੇ ਹੁਣ ਤੁਹਾਨੂੰ ਪਤਾ ਕਿ ਕਿਸ ਦੇਸ਼ ਦੇ ਵਿੱਚ ਇੰਸਟਾਗ੍ਰam ਦੀ ਵਜਾਇ ਰੋਸ ਰੋਸਗ੍ਰਾਮ ਲਾਂਚ ਕੀਤਾ ਗਿਆ ਆ ਰੂਸ ਦੇ ਵਿੱਚ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਤੁਹਾਨੂੰ ਪਤਾ ਹੈ ਕਿ ਰੂਸ ਨੇ ਫੇਸਬੁੱਕ ਨੂੰ ਬੈਨ ਕੀਤਾ ਸੀ ਤਾਂ ਫੇਸਬੁਕ ਦਾ ਹੀ ਇੱਕ ਪ੍ਰੋਡਕਟ ਹੈ ਇੰਸਟਾਗ੍ਰam ਇੰਸਟਾਗ੍ਰam ਨੂੰ ਵੀ ਵੈਨ ਕਰ ਦਿੱਤਾ ਗਿਆ ਸੀ ਠੀਕ ਹੈ ਫਿਰ ਉਸਨੇ ਆਪਣਾ ਖੁਦ ਦਾ ਰੋਸਗ੍ਰਾਮ ਲਾਂਚ ਕੀਤਾ ਵਾ ਜਿਹੜਾ ਕਿ ਇੰਸਟਾਗ੍ਰam ਐਂਡ ਫੇਸਬੁਕ ਵਰਗਈ ਆ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਰੂਸ ਦੀ ਕੈਪੀਟਲ ਕੀ ਆ ਮਾਸਕੋ ਅਗਲਾ ਪ੍ਰਸ਼ਨ ਆ ਜੀ ਜੋ ਕਿ ਚਿਲਡਰਨ ਬੁੱਕ ਅਵਾਰਡ ਲਈ ਕਿਸ ਨੂੰ ਚੁਣਿਆ ਗਿਆ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਮਨਜੀਤ ਮਾਨ ਆਪਸ਼ਨ ਨੰਬਰ A ਇਜ਼ ਅ ਰਾਈਟ ਆਨਸਰ ਇੱਕ ਰਾਈਟਰ ਆ ਇੰਡੀਅਨ ਰਾਈਟਰ ਆ ਅਗਲਾ ਪ੍ਰਸ਼ਨ ਮਹਾਤਮਾ ਗਾਂਧੀ ਹਰੇ ਤਿਕੋਣ ਦਾ ਪਰਦਾ ਫਾਰਸ਼ ਕਿੱਥੇ ਕੀਤਾ ਗਿਆ ਹਾਂਜੀ ਮਹਾਤਮਾ ਗਾਂਧੀ ਹਰੇ ਤਿਕੋਣ ਦਾ ਪਰਦਾ ਫਾਰਸ਼ ਮੈਡਾ ਗਾਸਕਰ ਦੇ ਵਿੱਚ ਕੀਤਾ ਗਿਆ ਆਪਸ਼ਨ ਨੰਬਰ A ਇਜ਼ ਅ ਰਾਈਟ ਆਨਸਰ ਮੈਡਾ ਗਾਸਕਰ ਦੇ ਵਿੱਚ ਕੀਤਾ ਗਿਆ ਤਾਂ ਇਸ ਦੀ ਕੈਪੀਟਲ ਕੀ ਆ ਇੰਟ ਨਾਨਾ ਰੀਬੋ ਇਥੋਂ ਦੀ ਕਾਂਸੀ ਕੀ ਆ ਮਾਲਾਗਰਾਸੀ ਐਰੀਰੀ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਮੰਡੀਜ਼ ਨੇ 2022-23 ਵਿੱਚ ਭਾਰਤ ਦੀ ਵਿਕਾਸ ਦਰ ਕਿੰਨੇ ਪ੍ਰਤੀਸ਼ਤ ਰਹਿਣ ਦਾ ਅਨੁਮਾਨ ਲਗਾਇਆ ਵੈਰੀ ਵੈਰੀ ਇੰਪੋਰਟੈਂਟ ਹਾਂਜੀ ਮੰਡੀਜ਼ ਨੇ 2022 ਦੇ ਵਿੱਚ ਭਾਰਤ ਦੀ ਵਿਕਾਸ ਦਰ 9.1 ਰਹਿਣ ਦਾ ਅਨੁਮਾਨ ਲਗਾਇਆ ਪਹਿਲਾਂ ਇਸ ਨੇ 9.5% ਰਹਿਣ ਦਾ ਲਗਾਇਆ ਸੀ ਹੁਣ 9.1 ਲਗਾਇਆ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਕਰਦੇ ਹਾਂ ਜੀ ਅਸੀਂ ਮਿਸ ਵਰਲਡ 20 ਮਿਸ ਵਰਲਡ 2021 ਦਾ ਤਾਜ ਕਿਸ ਨੂੰ ਪਾਇਆ ਗਿਆ ਹਾਂਜੀ ਮਿਸ ਵਰਲਡ 2021 ਦਾ ਤਾਜ ਪਾਇਆ ਗਿਆ ਕਰੋਲੀਨਾ ਵਿਲਾਵਸਕਾ ਨੂੰ ਇਹ ਪੋਲੈਂਡ ਦੀ ਆ অপਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਦੇਖੋ ਇਹ ਜਿਹੜਾ ਤਾਜ ਆ ਪੋਲੈਂਡ ਦੇ ਵਿੱਚ ਦੂਜੀ ਵਾਰ ਗਿਆ ਜਾਨੀ ਕਿ ਪੋਲੈਂਡ ਦੀ ਹੀ ਇਸ ਤੋਂ ਪਹਿਲਾਂ 1999 ਦੇ ਵਿੱਚ ਅਨੀਤਾ ਕ੍ਰਿੰਗਲਿੰਕਾ ਨੇ ਜਿੱਤਿਆ ਸੀ ਇਸ ਨੂੰ ਤੇ ਹੁਣ ਵੀ ਪੋਲੈਂਡ ਦੀ ਹੀ ਕਰੋਲੀਨਾ ਨੇ ਜਿੱਤਿਆ ਇਹ ਦੂਸਰੀ ਵਾਰ ਪੋਲੈਂਡ ਦੇ ਵਿੱਚ ਚਲਿਆ ਗਿਆ ਇਸ ਤਰ੍ਹਾਂ ਤੁਸੀਂ ਇਹ ਯਾਦ ਰੱਖ ਸਕਦੇ ਹੋ ਲਿੰਕ ਕਰਕੇ ਪੋਲੈਂਡ ਦੀ ਗੱਲ ਕਰ ਰਹੀਆਂ ਮੈਂ ਪੋਲੈਂਡ ਦੀ ਕੈਪੀਟਲ ਕੀ ਹੈ ਵਾਰਸਾ ਅਗਲਾ ਪ੍ਰਸ਼ਨ ਵਿਗਿਆਨਿਕ ਖੋਜ ਲਈ ਜੀਡੀ ਬਿਰਲਾ ਪੁਰਸਕਾਰ ਲਈ ਕਿਸ ਨੂੰ ਨਾਮਜ਼ਦ ਕੀਤਾ ਗਿਆ ਹਾਂਜੀ ਵਿਗਿਆਨਿਕ ਖੋਜ ਦੇ ਲਈ ਜੀਡੀ ਬਿਰਲਾ ਪੁਰਸਕਾਰ ਦੇ ਲਈ ਨਾਮਜ਼ਦ ਕੀਤਾ ਗਿਆ ਡਾਕਟਰ ਨਰੈਨ ਪ੍ਰਧਾਨ ਨੂੰ ਆਪਸ਼ਨ ਨੰਬਰ ਸੀ ਇਜ਼ ザ ਰਾਈਟ ਆਨਸਰ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਹਾਲ ਹੀ ਵਿੱਚ ਆਈ IIT ਦੇ ਕਿਸ ਕੈਂਪ ਨੂੰ ਹਾਲ ਹੀ ਵਿੱਚ IIT ਦੇ ਕਿਸ ਕੈਂਪ ਨੂੰ ਦਿਮਾਗੀ ਖੋਜ ਕੇਂਦਰ ਵਜੋਂ ਸਥਾਪਿਤ ਕੀਤਾ ਜਾਵੇਗਾ ਹਾਂਜੀ ਫਿਊਚਰ ਦੇ ਵਿੱਚ ਦਿਮਾਗ ਨਾਲ ਸੰਬੰਧਿਤ ਖੋਜ ਦੇ ਵਿੱਚ ਯੋਗਦਾਨ ਦੇਣ ਦੇ ਲਈ IIT ਮਦਰਾਸ ਦੇ ਕੈਂਪਸ ਦੇ ਵਿੱਚ IIT ਮਦਰਾਸ ਦੇ ਕੈਂਪ ਦੇ ਵਿੱਚ ਇਸ ਖੋਜ ਕੇਂਦਰ ਨੂੰ ਸਥਾਪਿਤ ਕੀਤਾ ਜਾਵੇਗਾ অপਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ हाल ही ਵਿੱਚ 35ਵਾਂ ਸੂਰਜਕੋਂਡ ਅੰਤਰਰਾਸ਼ਟਰੀ ਸ਼ਿਲਪ ਮੇਲਾ ਕਿੱਥੇ ਸ਼ੁਰੂ ਹੋਇਆ? ਹਾਂਜੀ, 35ਵਾਂ ਸੂਰਜਕੋਂਡ ਅੰਤਰਰਾਸ਼ਟਰੀ ਸ਼ਿਲਪ ਮੇਲਾ ਕਿੱਥੇ ਹੋਇਆ ਸੀ? ਫਰੀਦাবাদ ਦੇ ਵਿੱਚ ਹੋਇਆ ਸੀ। ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ। ਭਾਰਤ ਦੀ ਸੰਸਕ੍ਰਿਤ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਇਹ ਸ਼ੁਰੂ ਕੀਤਾ ਗਿਆ ਸੀ। ਠੀਕ ਹੈ ਜੀ। ਅਗਲਾ ਪ੍ਰਸ਼ਨ ਅ ਜੀ। ਹਾਲ ਹੀ ਵਿੱਚ ਦੁਨੀਆ ਦਾ ਸਭ ਤੋਂ ਖੁਸ਼ਹਾਲ ਦੇਸ਼ ਕਿਹੜਾ ਬਣਿਆ? हां जी दुनिया ਦਾ ਸਭ ਤੋਂ ਖੁਸ਼ਹਾਲ ਦੇਸ਼ ਬਣਿਆ ਵਾ ਫਿਨਲੈਂਡ অপਸ਼ਨ ਨੰਬਰ ਏ ਇਜ਼ ザ ਰਾਈਟ ਆਨਸਰ ਤੇ ਸਭ ਤੋਂ ਘੱਟ ਖੁਸ਼ਹਾਲ ਕਿਹੜਾ ਬਣਿਆ ਸੀ ਅਫਗਾਨਿਸਤਾਨ ਹੁਣ ਅਸੀਂ ਗੱਲ ਕੀਤੀ ਹੈ ਫਿਨਲੈਂਡ ਦੀ ਫਿਨਲੈਂਡ ਦੀ ਕੈਪੀਟਲ ਕੀ ਹੈ ਹੈਲਨੈਸਕੀ ਇਥੋਂ ਦੀ ਕਰੰਸੀ ਆ ਯੂਰੋ ਅਗਲਾ ਪ੍ਰਸ਼ਨ ਮੀਟਾਵਰਸ ਵਿੱਚ ਦਾਖਲ ਹੋਣ ਵਾਲਾ ਪਹਿਲਾ ਬੈਂਕ ਕਿਹੜਾ ਬਣ ਗਿਆ ਹਾਂਜੀ ਮੀਟਾਵਰਸ ਦੇ ਵਿੱਚ ਦਾਖਲ ਹੋਣ ਵਾਲਾ ਪਹਿਲਾ ਬੈਂਕ ਬਣਿਆ ਜੇਪੀ ਮੋਰਗਨ ਬੈਂਕ অপਸ਼ਨ ਨੰਬਰ ਏ ਇਜ਼ ザ ਰਾਈਟ ਆਨਸਰ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਇਹ ਨੈਸ਼ਨ ਟੂ ਪ੍ਰੋਟੈਕਟ ਕਿਤਾਬ ਕਿਸ ਨੇ ਲਿਖੀ ਹਾਂਜੀ ਇਹ ਨੈਸ਼ਨ ਟੂ ਪ੍ਰੋਟੈਕਟ ਕਿਤਾਬ ਲਿਖੀ ਆ ਕਿਸ ਨੇ ਲਿਖੀ ਇਹ ਬੁੱਕ ਲਿਖੀ ਆ ਪ੍ਰਿਯਮ ਗਾਂਧੀ ਮੋਦੀ ਨੇ অপਸ਼ਨ ਨੰਬਰ ਏ ਇਜ਼ ザ ਰਾਈਟ ਆਨਸਰ ਤੇ ਰੀਸੈਂਟਲੀ ਜਿੰਨੀਆਂ ਬੁੱਕਸ ਤੁਹਾਡੇ ਲਈ ਇੰਪੋਰਟੈਂਟ ਆ ਉਹ ਆਪਾਂ ਰਿਵਾਈਜ਼ ਕਰ ਲੈਣੇ ਆ ਜਿਸ ਤਰ੍ਹਾਂ ਮਾਡਰਨ ਇੰਡੀਆ ਨਾਮ ਦੀ ਬੁੱਕ ਹਰਿਆਣਾ ਦੇ ਚੇਫ ਮਿਨਿਸਟਰ ਮਨੋਹਰ ਲਾਲ ਖੱਟਰ ਨੇ ਲਾਂਚ ਕੀਤੀ ਪਰ ਇਸ ਨੂੰ ਲਿਖਿਆ ਪੂਨਮ ਦਲਾਲ ਦਈ ਜਾਣੇ ਆ ਇੱਕ ਬੁੱਕ ਨਹਿਰੂ ਦਾ ਡਿਬੈਟਸ दैट ਡਿਫਾਈਨਡ ਇਨ ਇੰਡੀਆ ਇਹ ਬੁੱਕ ਲਿਖੀ ਆ ਤ੍ਰਿਪੁਰ ਦਮਨ ਅਤੇ ਅਦਿਲ ਹੁਸੈਨ ਨੇ ਮਿਲ ਕੇ ਇੱਕ ਬੁੱਕ ਆ ਹਾਊ ਦਾ ਆਰਥ ਗਾਟ ਇਟਸ ਬਿਊਟੀ ਇਸ ਨੂੰ ਲਿਖਿਆ ਇਮਫੋਸਿਸ ਦੀ ਸੁਦਾ ਮੂਰਤੀ ਨੇ ਇੱਕ ਬੁੱਕ ਆ ਔਰੀਐਂਟਿੰਗ ਐਂਡ ਇੰਡੀਅਨ ਇਨ ਜਪਾਨ ਇਸ ਨੂੰ ਲਿਖਿਆ ਪਲਬੀ ਅਯਰ ਨੇ ਇੱਕ ਨੋਵਲ ਆ ਹੁਸੈਨ ਜ਼ੈਦੀ ਦਾ ਜਿਸ ਦਾ ਨਾਮ ਆ ਦਾ ਐਂਡ ਅ ਗੇਮ ਇੱਕ ਬੁੱਕ ਆ ਕੁਕਿੰਗ ਟੂ ਸੇਵ ਯੂਅਰ ਲਾਈਫ ਇਸ ਨੂੰ ਲਿਖਿਆ ਅਭੀਜੀਤ ਬੈਨਰਜੀ ਨੇ ਇੱਕ ਬੁੱਕ ਆ ਪਬਲਿਕ ਸਰਵਿਸ ਐਥਿਕਸ ਇਸ ਨੂੰ ਲਿਖਿਆ ਪਰਬਤ ਕੁਮਾਰ ਨੇ ਇੱਕ ਬੁੱਕ ਆ ਬੈਚਲਰ ਡੈਡ ਇਸ ਨੂੰ ਲਿਖਿਆ ਤੁਸ਼ਾਰ ਕਪੂਰ ਨੇ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਜਲ ਜੀਵਨ ਮਿਸ਼ਨ ਤਹਿਤ ਕਿੰਨੇ ਜ਼ਿਲ੍ਹੇ ਹਰ ਘਰ ਜਲ ਬਣ ਗਏ ਹਨ ਹਾਂਜੀ ਜਲ ਜੀਵਨ ਮਿਸ਼ਨ ਤਹਿਤ 100 ਜ਼ਿਲ੍ਹੇ ਹਰ ਘਰ ਜਲ ਬਣੇ ਆ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ 100 ਅਗਲਾ ਪ੍ਰਸ਼ਨ ਆ ਜੀ ਇਸ ਦੇਸ਼ ਦੀ ਔਰਤ ਹਾਲ ਹੀ ਵਿੱਚ ਐਚਵੀਆਈ ਤੋਂ ਠੀਕ ਹੋਣ ਵਾਲੀ ਦੁਨੀਆ ਦੀ ਪਹਿਲੀ ਔਰਤ ਬਣੀ। ਹਾਂਜੀ ਐਚਵੀਆਈ ਤੋਂ ਠੀਕ ਹੋਣ ਵਾਲੀ ਦੁਨੀਆ ਦੀ ਪਹਿਲੀ ਔਰਤ ਬਣੀ ਹੈ ਯੂਐਸਏ ਦੀ ਔਰਤ। ਆਪਸ਼ਨ ਨੰਬਰ ਸੀ ਇਜ਼ ਅ ਰਾਈਟ ਆਂਸਰ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ। 2022 ਸਪੋਰਟਸ ਸਟਾਰ এজੈਂਸ ਅਵਾਰਡ ਵਿੱਚ ਸਪੋਰਟਸਮੈਨ ਆਫ ਦਿイヤー ਕਿਸ ਨੂੰ ਚੁਣਿਆ ਗਿਆ? ਹਾਂਜੀ ਸਪੋਰਟਸਮੈਨ ਆਫ ਦਿイヤー ਚੁਣਿਆ ਗਿਆ ਨੀਰਜ ਚੋਪੜਾ ਨੂੰ। অপশন নাম্বার বি ইজ দা রাইট आंसर नीरज चोपड़ा ਨੇ ਟੋਕੀਓ 올림픽 ਦੇ ਵਿੱਚ 골ਡ ਮੈਡਲ ਜਿੱਤੇ ਆ ਤੇ ਇੱਕ ਪਲਾਂਟ 베ਸਡ ਮੀਟ ਦੀ ਕੰਪਨੀ ਆ ਗੁੱਡ ਡਾਟ ਇਸ ਨੇ ਆਪਣਾ ਬ੍ਰਾਂਡ ਐਮਬੈਸਡਰ ਬਣਾਇਆ ਨੀਰਜ ਚੋਪੜਾ ਨੂੰ ਠੀਕ ਹੈ ਤੇ ਇੱਕ ਟਾਟਾ ਟਾਟਾ ਆਈਆਈ ਲਾਈਫ ਇੰਸ਼ੋਰੈਂਸ ਕੰਪਨੀ ਆ ਇਸ ਨੇ ਵੀ ਆਪਣਾ ਬ੍ਰਾਂਡ ਐਮਬੈਸਡਰ ਨੀਰਜ ਚੋਪੜਾ ਨੂੰ ਬਣਾਇਆ ਠੀਕ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਅਗਲਾ ਪ੍ਰਸ਼ਨ ਆ ਜੀ ਕਿਹੜਾ ਰਾਜ NEVA ਪ੍ਰੋਗਰਾਮ ਨੂੰ ਲਾਗੂ ਕਰਨ ਵਾਲਾ ਪਹਿਲਾ ਰਾਜ ਬਣਿਆ ਹਾਂਜੀ NEVA ਜਾਨੀ ਕਿ ਨੈਸ਼ਨਲ ਈ ਵਿਧਾਨ ਐਪਲੀਕੇਸ਼ਨ ਇਸ ਨੂੰ ਲਾਗੂ ਕਰਨ ਵਾਲਾ ਪਹਿਲਾ ਰਾਜ ਬਣਿਆ ਨਾਗਾਲੈਂਡ অপਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ ਨਾਗਾਲੈਂਡ ਦੀ ਕੈਪੀਟਲ ਕੀ ਹੈ ਕੋਹੀਮਾ ਇੱਥੋਂ ਦੇ ਚੀਫ ਮਿਨਿਸਟਰ ਕੌਣ ਨੇ ਨੇਫਰੀਓ ਇਤੋਂ ਦੇ ਗਵਰਨਰ ਕੌਣ ਆ ਜਗਦੀਸ਼ ਮੁਖੀ ਅਸਮ ਦੇ ਗਵਰਨਰ ਆ ਜਗਦੀਸ਼ ਮੁਖੀ ਉਹਨਾਂ ਨੂੰ ਐਡੀਸ਼ਨਲ ਚਾਰਜ ਮਿਲਿਆ ਸੀਗਾ ਨਾਗਾ لینڈ ਦਾ ਅਗਲਾ ਪ੍ਰਸ਼ਨ ਕਰਦੇ ਹਾਂ ਜੀ ਅਸੀਂ ਕਿਸ ਦੇ ਇਸ ਦੀ ਸਰਕਾਰ ਨੇ ਸੁਰੇਸ਼ ਰੈਣਾ ਨੂੰ ਸਪੋਰਟਸ ਆਈਕਨ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਹਾਂਜੀ ਸੁਰੇਸ਼ ਰੈਣਾ ਨੂੰ ਸਪੋਰਟਸ ਆਈਕਨ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਮਾਲਦੀਪ ਦੀ ਗਵਰਨਮੈਂਟ ਨੇ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਹੁਣ ਅਸੀਂ ਗੱਲ ਗੱਲ ਕੀਤੀ ਆ ਮਾਲਦੀਪ ਦੀ ਮਾਲਦੀਵਜ਼ ਦੀ ਕੈਪੀਟਲ ਕੀ ਆ ਮਲੇ ਇਥੋਂ ਦੀ ਕਰੰਸੀ ਆ ਮਾਲਦੀਵੀਅਨ ਰੁਪਇਆ ਅਗਲਾ ਪ੍ਰਸ਼ਨ ਆ ਜੀ ਪਾਤੂਲ ਉਤਸਵ ਦਾ ਆਯੋਜਨ ਕਿੱਥੇ ਕੀਤਾ ਗਿਆ ਹਾਂਜੀ ਪਾਤੂਲ ਉਤਸਵ ਦਾ ਆਯੋਜਨ ਕੀਤਾ ਗਿਆ ਨਵੀਂ ਦਿੱਲੀ ਦੇ ਵਿੱਚ ਆਪਸ਼ਨ ਨੰਬਰ ਬੀ ਇਜ਼ ਅ ਰਾਈਟ ਆਨਸਰ ਹੁਣ ਪਾਤੂਲ ਦਾ ਮਤਲਬ ਕੀ ਆ ਇਥੇ ਕਟਪੁਤਲੀ ਤੁਸੀਂ ਸੁਣਿਆ ਹੋਣਾ ਕਟਪੁਤਰੀ ਨੂੰ ਕਹਿੰਦੇ ਆ ਪਾਤੂਲ ਦੇਸ ਦਾ ਯੋਜਨ ਨਮੀ ਦਿੱਲੀ ਦੇ ਵਿੱਚ ਕੀਤਾ ਗਿਆ ਕਿਉਂ ਕੀਤਾ ਗਿਆ ਕਟਪੁਤਲੀ ਦੇ ਖੇਡ ਕਰਨ ਵਾਲਿਆਂ ਦੇ ਜੀਵਨ ਵਿੱਚ ਸੁਧਾਰ ਕਰਨ ਦੇ ਲਈ ਕੀਤਾ ਗਿਆ ਅਗਲਾ ਪ੍ਰਸ਼ਨ F1 ਬਹਿਰੀਨ ਗ੍ਰਾਂ ਪ੍ਰੀ 2022 ਦਾ ਖਿਤਾਬ ਕਿਸ ਨੇ ਜਿੱਤਿਆ ਹਾਂਜੀ F1 ਬਹਿਰੀਨ ਗ੍ਰਾਂ ਪ੍ਰੀ 2022 ਦਾ ਖਿਤਾਬ ਜਿੱਤਿਆ ਚਾਰਲਸ ਲੈਕਲਰਨੀ অপਸ਼ਨ ਨੰਬਰ C ਇਜ਼ ਅ ਰਾਈਟ ਆਨਸਰ ਠੀਕ ਹੈ ਜੀ ਐ ਫਰਾਰੀ ਕੰਪਨੀ ਦੇ ਡਰਾਈਵਰ ਆ ਅਗਲਾ ਪ੍ਰਸ਼ਨ ਅੰਤਰਰਾਸ਼ਟਰੀ ਜੰਗਲਾਤ ਦਿਵਸ ਕਦੋਂ ਮਨਾਇਆ ਗਿਆ ਹਾਂਜੀ ਅੰਤਰਰਾਸ਼ਟਰੀ ਜੰਗਲਾਤ ਦਿਵਸ ਕਦੋਂ ਮਨਾਇਆ ਜਾਂਦਾ ਹਰ ਇੱਕ ਸਾਲ 21 ਮਾਰਚ ਨੂੰ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਸਾਰੇ ਪ੍ਰਕਾਰ ਦੇ ਜੰਗਲਾਂ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਹਰ ਸਾਲ 21 ਮਾਰਚ ਨੂੰ ਅੰਤਰਰਾਸ਼ਟਰੀ ਜੰਗਲਾਤ ਦਿਵਸ ਮਨਾਇਆ ਜਾਂਦਾ ਤੇ ਇਸ ਵਾਰ ਦੇ ਜੰਗਲਾਤ ਦਿਵਸ ਦੀ ਥੀਮ ਕੀ ਆ ਫੋਰੈਸਟ ਐਂਡ ਸਸਟੇਨੇਬਲ ਪ੍ਰੋਡਕਸ਼ਨਸ ਐਂਡ ਕੰਜ਼ਮਪਸ਼ਨ ਅਗਲਾ ਪ੍ਰਸ਼ਨ ਆ ਜੀ 13ਵਾਂ ਵਿਸ਼ਵ ਪੈਰਾਥਲੈਟਿਕਸ ਗ੍ਰਾਂ ਪ੍ਰੀ 2022 ਕਿੱਥੇ ਸ਼ੁਰੂ ਹੋਇਆ ਹਾਂਜੀ 13ਵਾਂ ਐਥਲੈਟਿਕਸ ਗ੍ਰਾਂ ਪ੍ਰੀ 2022 ਕਿੱਥੇ ਸ਼ੁਰੂ ਹੋਇਆ ਪੈਰਿਸ ਦੇ ਵਿੱਚ ਆਪਸ਼ਨ ਨੰਬਰ ਬੀ ਇਜ਼ ਅ ਰਾਈਟ ਆਨਸਰ ਜੀ ਕਰਦੇ ਆ ਪਾਕ ਸਟੇਟ ਪਾਰ ਕਰਨ ਵਾਲੀ ਸਭ ਤੋਂ ਛੋਟੀ ਉਮਰ ਦੀ ਮਹਿਲਾ ਤਰਾਕ ਕੌਣ ਬਣੀ ਹਾਂਜੀ ਮਹਿਲਾ ਤਰਾਕ ਜਿਨ੍ਹਾਂ ਨੇ ਪਾਕ ਸਟੇਟ ਪਾਰ ਕੀਤੀ ਆ ਸਭ ਤੋਂ ਛੋਟੀ ਉਮਰ ਦੀ ਆ ਤੇ ਇਹ ਕੌਣ ਬਣਿਆ ਇਹ ਬਣੀ ਹੈ ਜੀ ਰੀਆ ਰਾਏ অপਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਇਹ 13 13 ਸਾਲ 10 ਮਹੀਨੇ ਦੀ ਹੈ ਠੀਕ ਹੈ ਜਿਸ ਟਾਈਮ ਇਹਨਾਂ ਨੇ ਪਾਰ ਕੀਤੀ ਹੈ ਮੈਂ ਉਸ ਟਾਈਮ ਦੀ ਉਮਰ ਦੱਸੀ ਹੈ 13 ਸਾਲ 10 10 ਦਿਨ 10 ਮਹੀਨੇ ਦੀ ਇਹਨਾਂ ਦੀ ਉਮਰ ਸੀ ਉਸ ਟਾਈਮ ਮਾਰਚ ਦੀ ਗੱਲ ਕਰ ਰਹੇ ਹਾਂ ਅਸੀਂ ਠੀਕ ਹੈ ਮਾਰਚ ਦੀ ਕਰੰਟ ਅਫੇਅਰ ਕਰ ਰਹੇ ਹਾਂ ਮਤਲਬ ਮਾਰਚ ਦੇ ਵਿੱਚ ਜਿਹੜੀ ਇਹਨਾਂ ਦੀ ਏਜ ਸੀਗੀ ਉਹ 13 ਸਾਲ 10 ਮਹੀਨੇ ਸੀ ਰੀਆ ਰਾਏ ਦੀ ਉਮਰ ਜਦੋਂ ਇਹਨਾਂ ਨੇ ਪਾਕ ਸਟੇਟ ਪਾਰ ਕੀਤੀ ਆ ਦੇ ਇਨਾਂ ਨੇ 29 ਕਿਲੋਮੀਟਰ 13 ਘੰਟੇ 10 ਮਿੰਟ ਦੇ ਵਿੱਚ ਤੈਰ ਕੇ ਪਾਰ ਕੀਤੀ। ਅਗਲਾ ਪ੍ਰਸ਼ਨ ਹੈ ਜੀ। ਸੰਯੁਕਤ ਰਾਸ਼ਟਰ ਦੇ ਸਲਾਹਕਾਰ ਬੋਰਡ ਵਿੱਚ ਕਿਸ ਭਾਰਤੀ ਅਰਥਸ਼ਾਸਤਰੀ ਨੂੰ ਸ਼ਾਮਿਲ ਕੀਤਾ ਗਿਆ? ਹਾਂ ਜੀ ਸੰਯੁਕਤ ਰਾਸ਼ਟਰ ਦੇ ਸਲਾਹਕਾਰ ਬੋਰਡ ਦੇ ਵਿੱਚ ਕਿਹੜੇ ਭਾਰਤੀ ਆ ਜਿਨ੍ਹਾਂ ਨੂੰ ਸ਼ਾਮਿਲ ਕੀਤਾ ਗਿਆ? ਤੈਅ ਕੀਤਾ ਗਿਆ ਜੀ। ਆਪਰ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਸਾਬਕਾ ਸੀਡੀਐਸ ਜਰਨਲ ਵਿਪਨ रावत ਨੂੰ ਮਾਰਨ ਉਪਰੰਤ ਕਿਹੜਾ ਪੁਰਸਕਾਰ ਦਿੱਤਾ ਗਿਆ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਜਰਨਲ ਵਿਪਨ रावत ਇਹਨਾਂ ਦਾ ਦਸੰਬਰ 2021 ਵਿੱਚ ਇੱਕ ਹੈਲੀਕਾਪਟਰ ਦੇ ਵਿੱਚ ਡੈਥ ਹੋਈ ਸੀਗੀ ਹੈਲੀਕਾਪਟਰ ਕ੍ਰੈਸ਼ ਹੋਣ ਕਰਕੇ ਠੀਕ ਹੈ ਤੇ ਇਹ ਸਾਡੇ ਪਹਿਲੇ ਸਾਬਕਾ ਸੀਡੀਐਸ ਸੀਗੇ ਤੇ ਇਹਨਾਂ ਦਾ ਇਹ ਸਨਮਾਨ ਇਹਨਾਂ ਦੀਆਂ ਬੇਟੀਆਂ ਨੂੰ ਦਿੱਤਾ ਗਿਆ ਕਿਹੜਾ ਸਨਮਾਨ ਮਿਲਿਆ ਇਹਨਾਂ ਨੂੰ ਪਦਮ ਵਿਪੂਸ਼ਣ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਅਸੀਂ ਪ੍ਰਸਾਰ ਭਾਰਤੀ ਨੇ ਕਿਸ ਦੇਸ਼ ਦੇ ਜਨਤਕ ਸੇਵਾ ਪ੍ਰਸ਼ਾਸਕ ਨਾਲ ਸਮਝੌਤਾ ਕੀਤਾ ਹਾਂਜੀ ਪ੍ਰਸਾਰ ਭਾਰਤੀ ਨੇ ਰੀਸੈਂਟਲੀ ਆਸਟ੍ਰੇਲੀਆ ਦੇਸ਼ ਦੇ ਜਨਤਕ ਸੇਵਾ ਪ੍ਰਸ਼ਾਸਕ ਨਾਲ ਸਮਝੌਤਾ ਕੀਤਾ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਆਸਟ੍ਰੇਲੀਆ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਜੀ ਪ੍ਰਿੰਟ ਯੱਕਰ ਇਨਾਮ 2022 ਜਿੱਤਣ ਵਾਲਾ ਪਹਿਲਾ ਫਰੀਕੀ ਕੌਣ ਬਣਿਆ ਹਾਂਜੀ ਪ੍ਰੇਤੀ ਅਕਰ ਇਨਾਮ 2022 ਸੌਰੀ 2022 ਜਿੱਤਣ ਵਾਲਾ ਪਹਿਲਾ ਅਫਰੀਕੀ ਕੌਣ ਬਣਿਆ ਫਰਾਂਸਿਸ ਕੈਰੀ অপਸ਼ਨ ਨੰਬਰ ਬੀ ਇਜ਼ ザ ਰਾਈਟ ਆਨਸਰ ਇਹ ਪੁਰਸਕਾਰ ਆਰਟੀਟੈਕ ਦੇ ਫੀਲਡ ਦੇ ਵਿੱਚ ਦਿੱਤਾ ਗਿਆ ਇਹਨਾਂ ਨੂੰ ਠੀਕ ਹੈ ਅਗਲਾ ਪ੍ਰਸ਼ਨ ਸੀ ਕਰਦੇ ਹਾਂ ਜੀ ਕਿਸ ਰਾਜ ਵਿੱਚ ਡੋਲ ਉਤਸਵ ਮਨਾਇਆ ਜਾਂਦਾ ਹੈ ਹਾਂਜੀ ਡੋਲ ਉਤਸਵ ਕਿਹੜੇ ਰਾਜ ਦੇ ਵਿੱਚ ਮਨਾਇਆ ਜਾਂਦਾ ਪੱਛਮੀ ਬੰਗਾਲ ਦੇ ਵਿੱਚ অপਸ਼ਨ ਨੰਬਰ ਬੀ ਇਜ਼ ザ ਰਾਈਟ ਆਨਸਰ ਇਹ ਗੰਗਾ ਦਾ ਤਿਹਾਰ ਹੁੰਦਾ ਜੋ ਪਸ਼ਚਮੀ ਬੰਗਾਲ ਦੇ ਵਿੱਚ ਬਸੰਤ ਦੀ ਰੁੱਤ ਦੇ ਵਿੱਚ ਮਨਾਇਆ ਜਾਂਦਾ। ਅਗਲਾ ਪ੍ਰਸ਼ਨ ਅਜੀ ਪੰਜਾਬ ਵਿਧਾਨ ਸਭਾ ਦਾ ਸਪੀਕਰ ਕਿਸ ਨੂੰ ਚੁਣਿਆ ਗਿਆ? ਹਾਂਜੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਚੁਣੇ ਗਏ ਆ ਕੁਲਤਾ ਸਿੰਘ ਸੁੰਦਵਾ। ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ। ਅਗਲਾ ਪ੍ਰਸ਼ਨ ਵਿਸ਼ਵ ਜਲ ਜੀਵਨ ਸੌਰੀ ਵਿਸ਼ਵ ਜਲ ਦਿਵਸ ਕਦੋਂ ਮਨਾਇਆ ਗਿਆ? ਵਿਸ਼ਵ ਜਲ ਦਿਵਸ ਕਦੋਂ ਮਨਾਇਆ ਗਿਆ? ਵਾਈ ਮਾਰਚ ਨੂੰ অপਸ਼ਨ ਨੰਬਰ B ਇਸ ザ राइट आंसर ਕਿਉਂ ਮਨਾਇਆ ਜਾਂਦਾ ਪਾਣੀ ਦੇ ਮਹੱਤਵ ਬਾਰੇ ਜਾਗਰੂਕਤਾ ਵਧਾਉਣ ਦੇ ਲਈ ਵਿਸ਼ਵ ਜਲ ਦਿਵਸ ਮਨਾਇਆ ਜਾਂਦਾ ਠੀਕ ਹੈ ਜੀ ਤੇ ਇਸ ਵਾਰ ਦੇ ਵਿਸ਼ਵ ਜਲ ਦਿਵਸ ਦੀ ਥੀਮ ਕੀ ਹੈ ਗਰਾਉਂਡ ਵਾਟਰ ਮੇਕਿੰਗ ਦਾ ਇਨਵੀਜ਼ੀਬਲ ਵਿਜ਼ੀਬਲ ਅਗਲਾ ਪ੍ਰਸ਼ਨ ਹੈ ਜੀ ਸਾਲ 2022 ਲਈ ਏਵਲ ਪੁਰਸਕਾਰ ਵਿੱਚ ਕਿਸ ਨੂੰ ਸਨਮਾਨਿਤ ਕੀਤਾ ਗਿਆ ਸੋ ਇਸ ਦਾ ਰਾਈਟ ਆਨਸਰ ਹੈ ਜੀ ਡੈਨਿਸ ਪਾਰਨਲ ਨੂੰ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਧਰਤੀ ਦੇ ਸੂਰਜੀ ਸਿਸਟਮ ਤੋਂ ਬਾਹਰ ਨਾਸਾ ਦੁਆਰਾ ਕਿੰਨੇ ਨਵੇਂ ਗ੍ਰਹਿਾਂ ਦੀ ਖੋਜ ਕੀਤੀ ਗਈ ਹਾਂਜੀ ਧਰਤੀ ਦੇ ਸੂਰਜੀ ਸਿਸਟਮ ਤੋਂ ਬਾਹਰ ਨਾਸਾ ਦੁਆਰਾ 65 ਨਵੇਂ ਗ੍ਰਹਿਾਂ ਦੀ ਖੋਜ ਕੀਤੀ ਗਈ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਇਹਨੇ ਖੋਜ ਨਾਸਾ ਨੇ ਕੀਤੀ ਨਾਸਾ ਦੀ ਫੁੱਲ ਫਾਰਮ ਕੀ ਹੈ ਨੈਸ਼ਨਲ 에ਰੋਨੌਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ ਇਸਦੀ ਸਥਾਪਨਾ ਕਦੋਂ ਹੋਈ ਸੀ 1958 ਦੇ ਵਿੱਚ ਇਸ ਦਾ ਹੈੱਡਕੁਆਰਟਰ ਵਾਸ਼ਿੰਗਟਨ ਡੀਸੀ ਦੇ ਵਿੱਚ ਐਟ ਪ੍ਰੈਜ਼ੈਂਟ ਇਸ ਦੇ ਐਡਮਿਨਿਸਟਰेटर ਕੌਣ ਨੇ ਬਿਲ ਨੈਲਸਨ ਅਗਲਾ ਪ੍ਰਸ਼ਨ ਹੈ ਜੀ ਹਾਲ ਹੀ ਵਿੱਚ 187 ਅਸਮ ਰਾਈਫਲਜ਼ ਦਾ ਸਥਾਪਨਾ ਦਿਵਸ ਕਦੋਂ ਮਨਾਇਆ ਗਿਆ ਹਾਂਜੀ 187 ਅਸਮ ਰਾਈਫਲਜ਼ ਦਾ ਸਥਾਪਨਾ ਦਿਵਸ ਕਦੋਂ ਮਨਾਇਆ ਗਿਆ 24 ਮਾਰਚ ਨੂੰ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਅੰਤਰਸ਼ਨ ਅਸੀਂ ਕਰਦੇ ਹਾਂ ਫੀਫਾ ਵਰਲਡ ਕੱਪ 2022 ਦੀ ਅਗਵਾਈ ਕਰਨ ਵਾਲੀ ਪਹਿਲੀ ਭਾਰਤੀ ਕੰਪਨੀ ਕਿਹੜੀ ਬਣੀ ਹਾਂਜੀ ਫੀਫਾ ਵਰਲਡ ਕੱਪ 2022 ਦੀ ਅਗਵਾਈ ਕਰਨ ਵਾਲੀ ਪਹਿਲੀ ਭਾਰਤੀ ਕੰਪਨੀ ਬਣੀ ਵਾਈਜ਼ੋਸ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਤੇ ਵਾਈਜ਼ੋ ਦੀ ਸ਼ੁਰੂਆਤ ਕਦੋਂ ਹੋਈ ਸੀ ਜਾਂ ਸਥਾਪਨਾ ਕਹਿ ਸਕਦੇ ਹਾਂ 2011 ਦੇ ਵਿੱਚ ਇਸ ਦੇ ਸੀਈਓ ਕੌਣ ਨੇ ਵਾਈਜ਼ੋਸ ਰਵਿੰਦਰ ਇਸ ਦੇ ਹੈੱਡਕੁਆਰਟਰ ਕੌਣ ਹੈੱਡਕੁਆਰਟਰ ਕਿੱਥੇ ਆ ਬੰਗਲੌਰ ਦੇ ਵਿੱਚ ਤੇ FIFA ਵਰਲਡ ਕੱਪ 2022 ਇਹ ਕਿੱਥੇ ਹੋਇਆ ਸੀ ਕਤਰ ਦੇ ਵਿੱਚ ਹੋਵੇਗਾ ਠੀਕ ਹੈ ਤੇ ਕਤਰ ਦੀ ਗੱਲ ਕੀਤੀ ਹੈ ਕਤਰ ਦੀ ਕੈਪੀਟਲ ਵੀ ਪਤਾ ਹੋਣਾ ਚਾਹੀਦਾ ਤੁਹਾਨੂੰ ਕਤਰ ਦੀ ਕੈਪੀਟਲ ਕੀ ਹੈ ਦੋਹਾ ਇੱਥੋਂ ਦੀ ਕਰੰਸੀ ਹੈ ਕਤਰੀ ਰਿਆਲ ਤੇ ਇੱਥੋਂ ਦੇ ਪ੍ਰਾਈਮ ਮਿਨਿਸਟਰ ਕੌਣ ਨੇ ਖਾਲਿ ਤਬਿਨ ਖਲੀਫਾ ਅਗਲਾ ਪ੍ਰਸ਼ਨ ਹਾਲ ਹੀ ਵਿੱਚ 10 ਦਿਨਾਂ ਦੇ ਤਿਉਹਾਰ ਭਾਰਤ ਭਾਗਿਆ ਵਿਵਾਤਾ ਦਾ ਉਦਘਾਟਨ ਕਿਸ ਨੇ ਕੀਤਾ ਹਾਂਜੀ ਇਹ 10 ਦਿਨਾਂ ਦਾ ਤਿਹਾਰਾ ਭਾਰਤ ਭਾਗਿਆ ਵਿਦਾਤਾ ਸਮ੍ਰਿਤੀ ਇਰਾਨੀ ਨੇ অপਸ਼ਨ ਨੰਬਰ A ਇਸ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਆ ਜੀ ਹਾਲ ਹੀ ਵਿੱਚ ਦਿੱਲੀ ਸਰਕਾਰ ਨੇ 3000 ਏਕੜ ਜ਼ਮੀਨ ਦੇ ਕਿੰਨੇ ਵਿਸ਼ਵ ਪੱਧਰੀ ਸਹਿਰੀ ਜੰਗਲਾਂ ਦਾ ਨਿਰਮਾਣ ਕਰਨ ਦਾ ਨਿਰਦੇਸ਼ ਦਿੱਤਾ ਹੈ ਹਾਂਜੀ ਦਿੱਲੀ ਸਰਕਾਰ ਨੇ 3000 ਏਕੜ ਜ਼ਮੀਨ ਦੇ 17 ਵਿਸ਼ਵ ਪੱਧਰੀ ਸਹਿਰੀ ਜੰਗਲਾਂ ਦਾ ਨਿਰਮਾਣ ਕਰਨ ਦਾ ਨਿਰਦੇਸ਼ ਦਿੱਤਾ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਅਗਲਾ ਪ੍ਰਸ਼ਨ ਹੈ ਜੀ ਭਾਰਤ ਦੀ ਪਹਿਲੀ ਸਟੀਲ ਰੋਡ ਦਾ ਉਦਘਾਟਨ ਕਿੱਥੇ ਕੀਤਾ ਗਿਆ ਹਾਂਜੀ ਭਾਰਤ ਦੀ ਪਹਿਲੀ ਸਟੀਲ ਰੋਡ ਭਾਰਤ ਦੀ ਪਹਿਲੀ ਸਟੀਲ ਰੋਡ ਦਾ ਉਦਘਾਟਨ ਕਿੱਥੇ ਹੋਇਆ ਸਟੀਲ ਰੋਡ ਇੱਥੇ ਦਾ ਕੀ ਮਤਲਬ ਆ ਸੂਰਤ ਦੇ ਵਿੱਚ ਸਟੀਲ ਦੇ ਕਚਰੇ ਤੋਂ ਇਹ ਸਟੀਲ ਰੋਡ ਬਣਾਈ ਗਈ ਆ ਠੀਕ ਹੈ ਗੁਜਰਾਤ ਦੇ ਸੂਰਤ ਦੇ ਵਿੱਚ ਬਣਾਈ ਗਈ ਆ ਹਾਂਜੀ ਅਗਲਾ ਪ੍ਰਸ਼ਨ ਅਸੀਂ ਕਰਦੇ ਹਾਂ ਟੈਨਿਸ ਇਤਿਹਾਸ ਵਿੱਚ ਪੋਲੈਂਡ ਦਾ ਪਹਿਲਾ ਵਿਸ਼ਵ ਨੰਬਰ 1 ਖਿਡਾਰੀ ਕੌਣ ਬਣਿਆ ਹਾਂਜੀ ਟੈਨਿਸ ਇਤਿਹਾਸ ਦੇ ਵਿੱਚ ਪੋਲੈਂਡ ਦੇ ਪਹਿਲੇ ਵਿਸ਼ਵ ਨੰਬਰ 1 ਖਿਡਾਰੀ ਬਣੇ ਆ ਕੌਣ ਬਣਿਆ ਇਗਾ ਸਵੇਟੈਕ ਇਹ ਟੈਨਿਸ ਖਿਡਾਰੀ ਆ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹਾਂਜੀ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ